ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਡੂੰਘੇ ਪਾਣੀ ਦੇ ਨਾਲ, ਜੋ ਕਿ ਲਿਖਤ ਹੈ ਕਹਾਣੀਕਾਰ ਸਾਵਲ ਧਾਮੀ ਜੀ ਦੀ, ਜੋ ਕਿ ਵੰਡ 'ਤੇ ਆਧਾਰਿਤ ਕਹਾਣੀਆਂ ਲਿਖਣ ਦੇ ਬਹੁਤ ਹੀ ਮਸ਼ਹੂਰ ਲੇਖਕ ਨੇ। ਕੌਣ ਯਕੀਨ ਕਰੇਗਾ ਕਿ ਮੈਂ ਖੂਹਾਂ ਨੂੰ ਮੌਣਾ ਤੱਕ ਨੱਕੋ ਨੱਕ ਭਰੇ ਹੋਏ ਵੇਖਿਆ ਹੈ। ਫਿਰ ਖੂਹ ਵਗਣੋਂ ਹਟ ਗਏ, ਟਿਊਬਵੈੱਲ ਆ ਗਏ, ਪਤਾ ਨਹੀਂ ਟਿਊਬਵੈੱਲ ਆ ਗਏ ਅਤੇ ਖੂਹ ਵਗਣੋਂ ਹਟ ਗਏ, ਪਾਣੀ ਡੂੰਘੇ ਅਤੇ ਹੋਰ ਡੂੰਘੇ ਹੁੰਦੇ ਗਏ, ਫਿਰ ਬੋਰ ਵੀ ਡੂੰਘੇ ਅਤੇ ਹੋਰ ਡੂੰਘੇ ਹੁੰਦੇ ਗਏ। ਮਨੁੱਖ ਜਦੋਂ ਜਿਉਣ ਦਾ ਸਲੀਕਾ ਬਦਲ ਲੈਂਦਾ ਹੈ ਤਾਂ ਕੁਦਰਤ ਵੀ ਅੱਖਾਂ ਫੇਰ ਲੈਂਦੀ ਹੈ, ਦਰਿਆ ਵੀ ਆਪਣਾ ਰਾਹ ਬਦਲ ਲੈਂਦੇ ਨੇ। ਮਿੱਟੀ, ਹਵਾ, ਰੁੱਖ, ਪਾਣੀ, ਉਸ ਨਾਲ ਸਭ ਕੁਝ ਰੁੱਸ ਜਾਂਦਾ। ਮੇਰੇ ਪਿੰਡ ਦੀ ਦੱਖਣੀ ਗੁੱਠੇ ਰੇਲ ਪਟੜੀ ਤੋਂ ਪਾਰ ਦੇ ਰੇਤਲੇ ਇਲਾਕੇ ਨੂੰ ਅੱਜ ਵੀ ਬੇਲਾ ਕਿਹਾ ਜਾਂਦਾ। ਸੁਣਿਆ ਕਦੇ ਇਹ ਸਤਲੁਜ ਦਾ ਰਾਹ ਹੁੰਦਾ ਸੀ। ਹਰਨਾਮ ਨਾਲ ਮੇਰੀ ਮੁਲਾਕਾਤ ਉਦੋਂ ਹੋਈ ਜਦੋਂ ਉਹ ਸਾਡੇ ਬੇਲੇ ਵਾਲੇ ਖੇਤਾਂ ਵਿੱਚ ਮਸ਼ੀਨੀ ਬੋਰ ਕਰਨ ਆਇਆ। ਉਹਦਾ ਪਿੰਡ ਤਲਵੰਡੀ ਅਰਾਈਆਂ ਸੀ। ਉਸਦਾ ਬਾਪ ਸਾਰੀ ਉਮਰ ਖੇਤ ਮਜ਼ਦੂਰ ਰਿਹਾ ਸੀ। ਬਜ਼ੁਰਗ ਦੱਸਦੇ ਨੇ ਕਿ 47 ਤੋਂ ਪਹਿਲਾਂ ਇਸ ਪਿੰਡ 'ਚ ਅਰਾਈ ਵੱਸਦੇ ਸਨ। ਇਸ ਪਿੰਡ ਦਾ ਗੁੜ ਸ਼ੱਕਰ ਪੂਰੇ ਦੁਆਬੇ 'ਚ ਮਸ਼ਹੂਰ ਸੀ। ਘਰ ਘਰ ਗੰਨੇ ਪੀੜਨ ਲਈ ਵੇਲਣੇ ਅਤੇ ਗੁੜ ਬਣਾਉਣ ਲਈ ਚੁੱਭੇ ਹੁੰਦੇ ਸਨ। ਕੁਝ ਗੁੜ ਸ਼ੱਕਰ ਤਾਂ ਨੇੜਲੇ ਕਸਬੇ ਸ਼ਾਮ 84 ਦੇ ਬਾਜ਼ਾਰਾਂ ਵਿੱਚ ਹੀ ਵਿਕ ਜਾਂਦਾ ਅਤੇ ਬਾਕੀ ਉਹ ਗੱਡੇ ਭਰ ਭਰ ਜਲੰਧਰ ਅਤੇ ਹੁਸ਼ਿਆਰਪੁਰ ਨੂੰ ਤੁਰੇ ਰਹਿੰਦੇ। ਉਜਾੜਿਆਂ ਵੇਲੇ ਇਹ ਪਿੰਡ ਤੀਸਰੇ ਹਮਲੇ 'ਤੇ ਉੱਠਿਆ ਸੀ। ਗੱਲਾਂ ਗੱਲਾਂ ਵਿੱਚ ਹਰਨਾਮ ਨੇ ਇਹ ਵੀ ਦੱਸਿਆ ਸੀ ਕਿ 47 ਵੇਲੇ ਉਸਦੀ ਦਾਦੀ ਉੱਧਰ ਰਹਿ ਗਈ ਸੀ, ਪਾਕਿਸਤਾਨ ਵਿੱਚ। ਉਹ ਕਿੱਦਾਂ? ਇਹ ਸਵਾਲ ਜਿਉਂ ਚਾਨਚੱਕ ਮੇਰੇ ਮੂੰਹੋਂ ਡਿੱਗ ਹੀ ਪਿਆ ਸੀ। ਬਾਪੂ ਕੋਲੋਂ ਪੁੱਛਿਓ ਜੀ ਪੂਰੀ ਕਹਾਣੀ। ਉਸਦੇ ਭਾਰੇ ਬੋਲਾਂ ਨੇ ਰਮਕ ਦੀ ਪੌਣ ਨੂੰ ਕੁਸੈਲਾ ਜਿਹਾ ਕਰ ਦਿੱਤਾ ਸੀ, ਇੰਨਾ ਕੁਸੈਲਾ ਕਿ ਗੱਲਬਾਤ ਦਾ ਗਲ ਘੁੱਟਿਆ ਗਿਆ ਸੀ। ਹਰਨਾਮ ਦੇ ਪਿੰਡ ਨੂੰ ਜਾਣ ਲਈ ਮੈਨੂੰ ਲਹਿੰਦੇ ਪਾਸੇ ਵੱਲ ਪੰਗੀ ਚੋਹ ਵਾਲਾ ਪੁਲ ਪਾਰ ਕਰਨਾ ਪੈਣਾ ਸੀ। ਸਾਉਣ ਦੇ ਮਹੀਨੇ 'ਚ ਵੀ ਚੋਹ ਦਾ ਰੇਤਾ ਚਮਕ ਰਿਹਾ ਸੀ। ਬਚਪਨ ਯਾਦ ਆ ਗਿਆ, ਕਿੰਨੇ ਮੀਂਹ ਪੈਂਦੇ ਹੁੰਦੇ ਸਨ, ਚੋਹ ਨੱਕੋ ਨੱਕ ਭਰ ਕੇ ਵਗਦਾ, ਕਦੇ ਕਦੇ ਕਿਨਾਰੇ ਖੋਰ ਕੇ ਨੇੜਲੇ ਪਿੰਡਾਂ ਵੱਲ ਵੀ ਤੁਰ ਪੈਂਦਾ। ਉਹਨਾਂ ਪਿੰਡਾਂ ਦੀਆਂ ਗਲੀਆਂ 'ਚ ਪਾਣੀ ਇਉਂ ਫਿਰਦਾ ਜਿਉਂ 100 ਮੂਹੀ ਸਰਾਲ ਨੇ ਪੂਰੇ ਪਿੰਡ ਨੂੰ ਵਲੇਟਾ ਮਾਰ ਲਿਆ ਹੋਵੇ। ਹੁਣ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਡੈਮ ਵੱਜ ਗਏ ਨੇ, ਅੰਬਰ ਤਾਂ ਉਂਜ ਵੀ ਧਰਤੀ ਨਾਲੋਂ ਰੁੱਸਿਆ ਪਿਆ, ਸੂਰਜ ਵੀ ਸਾਡੇ ਹਿੱਸੇ ਦੀ ਧਰਤੀ ਦਾ ਸੁਨੇਹਾ ਧੁੱਪ ਹੱਥ ਸਮੁੰਦਰ ਨੂੰ ਭੇਜਦਾ ਤਾਂ ਜ਼ਰੂਰ ਹੋਏਗਾ। ਸਮੁੰਦਰ ਵੀ ਸੂਰਜ ਦਾ ਮਾਣ ਰੱਖਦਿਆਂ ਭਾਫ਼ ਬਣ ਕੇ ਉੱਪਰ ਵੱਲ ਉੱਠਦਾ ਵੀ ਹੋਵੇਗਾ। ਹਵਾਵਾਂ ਵੀ ਨਿਰੰਤਰ ਵਗਦੀਆਂ ਰਹਿੰਦੀਆਂ ਨੇ। ਫਿਰ ਬੱਦਲ ਪਾਣੀ ਵਿਹੋਣੇ ਕਿਉਂ ਹੋ ਗਏ ਨੇ? ਇਹ ਬੱਦਲ ਨਾ ਤਾਂ ਪਹਿਲਾਂ ਵਾਂਗ ਲਿਸ਼ਕਦੇ ਨੇ, ਨਾ ਪਹਿਲਾਂ ਵਾਂਗ ਗਰਜਦੇ ਨੇ, ਅਤੇ ਨਾ ਹੀ ਪਹਿਲਾਂ ਵਾਂਗ ਵਰਦੇ ਨੇ। ਵਰਿਆਂ ਤੋਂ ਪਿਆਸੀ ਧਰਤੀ 'ਤੇ ਹੋਈ ਕਿਣਮਿਣ ਫਿਜ਼ਾ ਨੂੰ ਭੜਾਸ ਨਾਲ ਭਰ ਦਿੰਦੀ ਹੈ। ਪੁਲ ਲੰਘਦਿਆਂ ਮੈਂ ਇਹਨਾਂ ਸੋਚਾਂ 'ਚ ਡੁੱਬਿਆ ਪਿਆ ਹਾਂ ਕਿ ਖੂਹੀ ਵਾਲਾ ਮੋੜ ਆ ਗਿਆ, ਬਚਪਨ ਫਿਰ ਤੋਂ ਯਾਦ ਆ ਗਿਆ ਏ। ਸੁਣਿਆ ਹੈ ਕਿ 47 ਤੋਂ ਪਹਿਲਾਂ ਇਹ ਅਰਾਈਆਂ ਦੀ ਖੂਹੀ ਹੁੰਦੀ ਸੀ। ਉਹ ਤੁਰ ਗਏ, ਉਹਨਾਂ ਦੇ ਖੂਹ 'ਤੇ ਜ਼ਮੀਨਾਂ ਸਾਂਭਣ ਲਈ ਪਨਾਹਗੀਰ ਆ ਗਈ। ਇਹ ਖੂਹੀ ਉਂਝ ਹੀ ਗਿਰਦੀ ਰਹੀ। ਰਾਹਗੀਰ ਇਸ ਖੂਹੀ ਤੋਂ ਪਾਣੀ ਪੀਂਦੇ, ਮੂੰਹ ਹੱਥ ਧੋਂਦੇ, ਕੋਈ ਵਿਰਲਾ ਟਾਵਾ ਨਹਾ ਵੀ ਲੈਂਦਾ। ਇਸ ਖੂਹੀ 'ਤੇ ਇੱਕ ਨਿੱਕਾ ਜਿਹਾ ਮੇਲਾ ਲੱਗਿਆ ਰਹਿੰਦਾ। ਮੈਂ ਸਕੂਟਰ ਰੋਕਿਆ, ਉਜੜੀ ਖੂਹੀ ਦੇ ਅੰਦਰ ਝਾਤ ਮਾਰੀ। ਦੂਰ ਤੱਕ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਮੈਂ ਹੌਂਕਾ ਭਰਿਆ ਅਤੇ ਅਗਾਂਹ ਤੁਰ ਪਿਆ। ਇਸ ਸੁੱਕੀ ਅਤੇ ਉਜੜੀ ਖੂਹੀ ਤੋਂ ਸੱਜੇ ਵੱਲ ਮੁੜਦਿਆਂ ਤਾਰਾਗੜ੍ਹ ਪਿੰਡ ਤੋਂ ਅਗਾਂਹ ਰੰਧਾਵਾ ਬਰੋਟਾ ਪਿੰਡ ਆ ਗਿਆ ਏ। ਇੱਥੋਂ ਖੱਬੇ ਹੱਥ ਮੁੜਦਿਆਂ
ਮਸ਼ਹੂਰ ਕਸਬਾ ਸ਼ਾਮ ਚੁਰਾਸੀ ਆ ਜਾਂਦਾ ਏ। ਇੱਥੋਂ ਉੱਤਰ ਵੱਲ ਕੋਈ ਡੇਢ ਕੁ ਮੀਲ ਦੀ ਵਿੱਥ 'ਤੇ ਘੁੱਗ ਵੱਸਦਾ ਪਿੰਡ ਏ ਤਲਵੰਡੀ ਅਰਾਈਆਂ। ਇਸ ਪਿੰਡ ਨਾਲ ਅਰਾਈਆਂ ਤਾਂ ਪੱਕੇ ਤੌਰ 'ਤੇ ਨੱਥੀ ਹੋ ਚੁੱਕਾ ਏ। ਉਂਜ ਹੁਣ ਇਸ ਪਿੰਡ 'ਚ ਇੱਕ ਵੀ ਅਰਾਈ ਨਹੀਂ ਵੱਸਦਾ। ਸੂਰਜ ਦੇ ਟਿੱਕੀ ਉਗਮਨ ਦੇ ਨਾਲ ਮੈਂ ਹਰਨਾਮ ਦੇ ਘਰ ਮੂਹਰੇ ਪਹੁੰਚ ਗਿਆ ਹਾਂ। ਹਰਨਾਮ ਦਾ ਪਤਲਾ ਪਤੰਗ ਬਾਪੂ ਸਹਿਜਤਾ ਨਾਲ ਕਦਮ ਪੁੱਟਦਾ ਮੇਰੇ ਕੋਲ ਆਇਆ। ਪੈਰੀ ਹੱਥ ਲਗਾਉਂਦਿਆਂ ਮੈਂ ਆਪਣੇ ਬਾਰੇ ਦੱਸਿਆ ਤਾਂ ਉਹ ਠਰੰਮੇ ਨਾਲ ਬੋਲਿਆ, ਆਓ ਬੈਠੋ। ਬਜ਼ੁਰਗ ਦੇ ਸਹਿਜ ਵਿਹਾਰ ਨੂੰ ਵੇਖਦਿਆਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਕਰੜੀ ਮਿਹਨਤ ਅਤੇ ਦੁੱਖਾਂ ਦੀ ਕੁਠਾਲੀ 'ਚੋਂ ਪਈ ਬਗੈਰ ਕੋਈ ਇਸ ਤਰ੍ਹਾਂ ਦਾ ਮੁਲਾਇਮ ਨਹੀਂ ਹੋ ਸਕਦਾ। ਇਸਰੀ ਨਾਂ ਸੀ ਉਹਦਾ, ਬਜ਼ੁਰਗ ਨੇ ਥੋੜ੍ਹਾ ਝਿਜਕਦਿਆਂ ਆਪਣੀ ਮਾਂ ਵਾਲੀ ਕਹਾਣੀ ਛੋਹ ਲਈ। ਬੜੀ ਲੜਾਈ ਰਹਿੰਦੀ ਸੀ ਘਰ ਵਿੱਚ, ਮੈਂ ਤਾਂ ਛੋਟਾ ਜਿਹਾ ਸਾਂ, 5-7 ਵਰਿਆਂ ਦਾ। ਬਾਪੂ ਮੇਰਾ ਭੋਲਾ ਭਾਲਾ ਸੀ, ਮਾਂ ਕੰਮ ਦੀ ਬੜੀ ਕਰਿੰਦੀ ਸੀ, ਦਿਨ ਰਾਤ ਭੰਬੀਰੀ ਬਣੀ ਰਹਿੰਦੀ, ਹਮੀਦੇ ਅਤੇ ਅਕਬਰੇ ਹੋਰਾਂ ਦੇ ਘਰਾਂ ਦਾ ਗੋਹਾ ਕੂੜਾ ਵੀ ਕਰਦੀ, ਬੰਦਿਆਂ ਵਾਂਗ ਚੁੱਭਿਆਂ 'ਤੇ ਬਾਲਣ ਝੋਕਦੀ। ਵੱਡੀ ਰਾਤੇ ਰੋਟੀਆਂ ਅਤੇ ਗੁੜ ਦੀ ਝੋਲੀ ਭਰੀ ਘਰ ਪਰਤਦੀ, ਪਹਿਲਾਂ ਤਾਈ ਬੋਲ ਚੁੱਕਦੀ, ਫਿਰ ਤਾਇਆ ਬੜਬੜ ਕਰਨ ਲੱਗ ਜਾਂਦਾ। ਬਾਪੂ ਕਈ ਦੇਰ ਗੱਲਾਂ ਸੁਣਦਾ, ਮਾਂ ਨੂੰ ਖਾਮੋਸ਼ ਕਰਦਾ ਰਹਿੰਦਾ, ਫਿਰ ਕਮਲਿਆਂ ਵਾਂਗੂ ਵਿਹੜੇ 'ਚੋਂ ਕੋਈ ਡੰਡਾ ਲੱਭ ਲਿਆਉਂਦਾ, ਭਾਂਤ ਸੁਭਾਂਤੀਆਂ ਤੋਮਤਾਂ ਲਾਉਂਦਾ, ਉਹ ਮਾਂ ਨੂੰ ਛੱਲੀਆਂ ਵਾਂਗੂ ਕੁੱਟਣ ਲੱਗ ਜਾਂਦਾ। ਉਹ ਵਿਚਾਰੀ ਕਿਸੇ ਖੂੰਜੇ ਲੱਗ ਰੋਣ ਲੱਗ ਜਾਂਦੀ ਅਤੇ ਸਾਰਾ ਲਾਣਾ ਉਹਦੀਆਂ ਲਿਆਂਦੀਆਂ ਰੋਟੀਆਂ ਖਾਣ ਲੱਗ ਜਾਂਦਾ। ਬਾਪੂ ਨਾਜਰ ਨੇ ਕੌੜਾ ਜਿਹਾ ਮੁਸਕਰਾਉਂਦਿਆਂ ਸਾਰਾ ਗਮ ਛੱਡ ਦਿੱਤਾ। ਹੁਣ ਸਾਡੇ ਘਰ ਇਹ ਕੁੱਤ ਪਾਉ ਰੋਜ਼ ਹੀ ਹੋਣ ਲੱਗ ਪਿਆ ਸੀ, ਮਿਹਣੇ ਸੁਣ ਸੁਣ ਮਾਂ ਵਿਲਕਦੀ ਰਹਿੰਦੀ। ਫਿਰ ਇੱਕ ਦਿਨ ਮਾਮਾ ਆਇਆ ਅਤੇ ਉਹਨੂੰ ਲੈ ਗਿਆ ਲੈਲਪੁਰ ਸਮੁੰਦਰੀ ਕੋਲ, ਚੱਕ ਨੰਬਰ 199 ਵਿੱਚ, ਸੰਡਿਆਂ ਵਾਲੇ ਸਟੇਸ਼ਨ ਦੇ ਕੋਲ। ਗੁਆਚੀ ਮਾਂ ਦਾ ਪਤਾ ਦੱਸ ਕੇ ਉਹ ਪਲ ਕੁ ਲਈ ਗੁਆਚਿਆ ਰਿਹਾ। ਜਾਣ ਲੱਗਿਆਂ ਤੁਹਾਨੂੰ ਮਿਲ ਕੇ ਗਈ ਸੀ? ਇਹ ਸਵਾਲ ਕਿਤੇ ਦੂਰ ਗੁਆਚੇ ਬਜ਼ੁਰਗ ਨੂੰ ਆਵਾਜ਼ ਮਾਰਨ ਦਾ ਬਹਾਨਾ ਸੀ। ਬਹੁਤ ਵਿਲਕੀ ਸੀ ਵਿਚਾਰੀ, ਤਾਈ ਤਾਇਆ ਤਾਂ ਚਾਹੁੰਦੇ ਸਨ ਕਿ ਧੀਆਂ ਨੂੰ ਨਾਲ ਲੈ ਕੇ ਜਾਏ, ਪਰ ਸਾਡਾ ਮਾਮਾ ਨਹੀਂ ਸੀ ਮੰਨਿਆ। ਮੈਨੂੰ ਤਾਈ ਨੇ ਆਪਣੇ ਢਾਰੇ 'ਚ ਲੁਕੋ ਲਿਆ ਸੀ। ਉਹ ਵਿਲਕੀ ਗਈ ਨੀ ਕੇਸ਼ੋ, ਮੈਨੂੰ ਆਖਰੀ ਵਾਰ ਆਪਣਾ ਨਾਜਰ ਵੇਖ ਲੈਂਦੇ, ਬਸ ਆਖਰੀ ਵਾਰ, ਸਿਰਫ ਇੱਕ ਵਾਰ। ਮਾਂ ਨੂੰ ਗਾਲ ਕੱਢਦਿਆਂ ਤਾਏ ਨੇ ਉਹਦੀ ਬਾਂਹ ਫੜੀ ਅਤੇ ਉਹਨੂੰ ਘੜੀਸਦਾ ਹੋਇਆ ਮੇਰੇ ਸਾਹਮਣੇ ਲੈ ਆਇਆ ਸੀ। ਮਾਂ ਨੇ ਮੈਨੂੰ ਘੁੱਟ ਕੇ ਹਿੱਕ ਨਾ ਲਾਇਆ, ਮੇਰਾ ਮੁੱਖ ਚੁੰਮਿਆ, ਉਹਦੇ ਤੱਤੇ ਤੱਤੇ ਹੰਝੂ ਮੇਰੀਆਂ ਅੱਖਾਂ 'ਤੇ ਆਣ ਡੁੱਲੇ। ਕੋਠੜੀ ਵਿੱਚ ਹਨੇਰਾ ਸੀ, ਮੈਂ ਉਹਨੂੰ ਵੇਖ ਹੀ ਨਹੀਂ ਸਾ ਸਕਿਆ। ਫਿਰ ਉਹ ਤੁਰ ਗਈ। ਉਹਦੀਆਂ ਸਿਸਕੀਆਂ ਕੁਝ ਦੇਰ ਤੱਕ ਮੈਨੂੰ ਸੁਣਦੀਆਂ ਰਹੀਆਂ ਅਤੇ ਉਹ ਫਿਰ ਦੂਰ ਅਤੇ ਹੋਰ ਦੂਰ ਹੁੰਦੀਆਂ ਗਈਆਂ। ਬਾਪੂ ਨਾਜਰ ਨੇ ਲੰਮਾ ਠੰਡਾ ਹੌਂਕਾ ਭਰਦਿਆਂ ਗੱਲ ਮੁਕਾ ਦਿੱਤੀ, ਵੰਡ ਤੋਂ ਕਿੰਨੇ ਕੁ ਵਰੇ ਪਹਿਲਾਂ ਦੀ ਗੱਲ ਏ? ਮੈਂ ਗੱਲ ਨੂੰ ਅਗਾਂਹ ਤੋਰਨ ਲਈ ਸਵਾਲ ਕੀਤਾ। ਵੰਡ ਤੋਂ ਕੋਈ 7 ਕੁ ਸਾਲ ਪਹਿਲਾਂ ਦੀ ਗੱਲ ਹੋਣੀ ਹੈ। ਮਾਂ ਚਲੀ ਗਈ ਅਤੇ ਅਸੀਂ ਕਈ ਦਿਨ ਵਿਲਕਦੇ ਰਹੇ। ਤਾਈ ਨੇ ਸਾਨੂੰ ਗਲੀਆਂ ਦੇ ਕੱਖਾਂ ਵਾਂਗੂ ਰੋਲਿਆ, ਉਹ ਸਾਨੂੰ ਤੜਕੇ ਘਰੋਂ ਤੋਰ ਦਿੰਦੀ। ਅਸੀਂ ਪਿੰਡ ਦੇ ਵਸੀਵੇਂ ਤੱਕ ਗੋਟੇ ਚੁੱਕਦੇ। ਤਾਈ ਦਾ ਆਪਣਾ ਕੋਈ ਬੱਚਾ ਨਹੀਂ ਸੀ, ਅਗਰ ਉਹ ਚਾਹੁੰਦੀ ਤਾਂ ਸਾਨੂੰ ਆਪਣੇ ਬੱਚਿਆਂ ਵਾਂਗੂ ਮੋਹ ਕਰਦੀ, ਪਰ ਕਿੱਥੇ। ਬਾਪੂ ਸਵੇਰੇ ਕੰਮ ਉੱਤੇ ਤੁਰ ਜਾਂਦਾ ਅਤੇ ਦਿਨ ਢਲੇ ਮੁੜਦਾ। ਇੱਕ ਰਾਤ ਉਹ ਉਖੜੀ ਜਿਹੀ ਚਾਲ ਨਾਲ ਘਰ ਮੁੜਿਆ ਅਤੇ ਸਾਨੂੰ ਬਾਹਾਂ ਵਿੱਚ ਲੈ ਕੇ ਡੁਸਕਣ ਲੱਗਾ, ਫਿਰ ਹੱਥ ਜੋੜ ਕੇ ਸਾਥੋਂ ਮੁਆਫੀਆਂ ਮੰਗਣ ਲੱਗ ਪਿਆ। ਅਸੀਂ ਮਾਂ ਦੇ ਜਾਣ ਪਿੱਛੋਂ ਪਹਿਲੀ ਵਾਰ
ਉਹਦੇ ਮੂੰਹੋਂ ਮਾਂ ਦਾ ਨਾਂ ਸੁਣਿਆ ਸੀ। ਜਦੋਂ ਬਾਪੂ ਨੇ ਮਾਂ ਦਾ ਨਾਂ ਲੈ ਕੇ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਤਾਈ ਵੀ ਬੁੜਬੜ ਕਰਦੀ ਪਹੁੰਚ ਗਈ ਸੀ। ਅੱਜ ਬੜਾ ਹੇਜ ਜਾਗਿਆ ਉਸ ਕੰਜਰੀ ਦਾ। ਤਾਈ ਦੀ ਇਸ ਗੱਲ 'ਤੇ ਬਾਪੂ ਭੜਕ ਪਿਆ ਸੀ। ਤੁਸੀਂ ਮੇਰਾ ਘਰ ਉਜਾੜਤਾ ਹਰਾਮਜ਼ਾਦੀਏ, ਤੂੰ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ। ਅਸੀਂ ਹੈਰਾਨ ਸਾਂ ਕਿ ਤਾਈ ਚੁੱਪ ਚਾਪ ਆਪਣੇ ਢਾਰੇ ਵੱਲ ਮੁੜ ਗਈ ਸੀ। ਸਵੇਰੇ ਉੱਠਿਆ ਤਾਂ ਮੈਂ ਬੜਾ ਖੁਸ਼ ਸਾਂ। ਇਉਂ ਲੱਗਿਆ ਸੀ ਜਿਉਂ ਬਾਪੂ ਅੱਜ ਹੀ ਮਾਂ ਨੂੰ ਮੋੜ ਲਿਆਉਣ ਲਈ ਲੈਲਪੁਰ ਦੀ ਗੱਡੀ ਚੜ੍ਹ ਜਾਵੇਗਾ। ਅਸੀਂ ਉਦੋਂ ਬਹੁਤ ਹੈਰਾਨ ਹੋਏ ਜਦੋਂ ਬਾਪੂ ਚੁੱਪ ਚਾਪ ਤਾਏ ਹੋਰਾਂ ਦੇ ਕਮਰੇ ਵਿੱਚ ਵੜ ਗਿਆ ਸੀ। ਤਾਈ ਨੇ ਉਹਨੂੰ ਰੱਜ ਕੇ ਮਿਹਣੇ ਮਾਰੇ, ਗਾਲਾਂ ਕੱਢੀਆਂ, ਬਾਪੂ ਨੂੰ ਵੀ ਅਤੇ ਪੇਕੇ ਤੁਰ ਗਈ ਸਾਡੀ ਮਾਂ ਨੂੰ ਵੀ। ਬਾਪੂ ਮੂਹਰਿਓਂ ਕੁਝ ਨਹੀਂ ਸੀ ਬੋਲਿਆ। ਬਜ਼ੁਰਗ ਨੇ ਹੌਂਕਾ ਭਰਿਆ ਅਤੇ ਕੁਝ ਚਿਰ ਖਾਲੀ ਖਾਲੀ ਅੱਖਾਂ ਨਾਲ ਕੰਧ ਨੂੰ ਘੂਰਦਾ ਰਿਹਾ। ਸਾਡਾ ਬਾਪੂ, ਉਹ ਬੋਲਿਆ, ਫਿਰ ਤੋਂ ਸਭ ਕੁਝ ਭੁੱਲ ਭੁਲਾ ਗਿਆ ਸੀ। ਅਸੀਂ ਭੈਣ ਭਾਈ ਕਦੇ ਕਦਾਈ ਮਾਂ ਦੀਆਂ ਗੱਲਾਂ ਕਰਦੇ, ਬਾਪੂ ਅਤੇ ਤਾਈ ਤਾਈ ਤੋਂ ਚੋਰੀ ਚੋਰੀ। ਛੋਟੀ ਭੈਣ ਨੂੰ ਤਾਂ ਮਾਂ ਦੇ ਨਕਸ਼ ਵੀ ਯਾਦ ਨਹੀਂ ਸਨ। ਸਾਡੇ ਕੋਲ ਮਾਂ ਦੀ ਤਸਵੀਰ ਵੀ ਕੋਈ ਨਹੀਂ ਸੀ। ਜਦੋਂ ਮੈਂ ਥੋੜ੍ਹਾ ਹੁੰਦੜ ਹਿੱਲ ਹੋਇਆ ਤਾਂ ਮੈਂ ਬਾਪੂ ਕੋਲੋਂ ਮਾਂ ਬਾਰੇ ਪੁੱਛਣਾ ਸ਼ੁਰੂ ਕੀਤਾ। ਉਹ ਮੂਹਰਿਓਂ ਹੂੰ ਹਾਂ ਕਰ ਛੱਡਦਾ। ਅਸੀਂ ਤਿੰਨੋਂ ਜਣੇ ਨੇ ਸਲਾਹ ਕਰਕੇ ਇੱਕ ਦਿਨ ਬਾਪੂ ਦੇ ਪੈਰ ਫੜ ਲਏ। ਛੱਡੇ ਉਦੋਂ ਜਦੋਂ ਬਾਪੂ ਮਾਂ ਨੂੰ ਲਿਆਉਣ ਲਈ ਮੰਨ ਗਿਆ। ਤਾਈ ਤਾਈ ਕੋਲੋਂ ਚੋਰੀ ਉਹ ਲੈਲਪੁਰ ਜਾਣ ਲਈ ਮੇਰੇ ਕੋਲ ਥੋੜ੍ਹੇ ਥੋੜ੍ਹੇ ਰੁਪਏ ਵੀ ਜਮ੍ਹਾਂ ਕਰਨ ਲੱਗ ਪਿਆ ਸੀ। ਅਸੀਂ ਮਾਂ ਦੀ ਉਡੀਕ 'ਚ ਗਿਣ ਗਿਣ ਕੇ ਦਿਨ ਲੰਘਾਉਣ ਲੱਗੇ। ਬਾਪੂ ਜਾਣ ਦਾ ਦਿਨ ਪੱਕਾ ਕਰਨ ਬਾਰੇ ਸੋਚ ਰਿਹਾ ਸੀ ਕਿ ਵੱਢ ਵਡਾਂਗੇ ਸ਼ੁਰੂ ਹੋ ਗਏ। ਪਾਕਿਸਤਾਨ ਬਣ ਗਿਆ, ਘੁੱਗ ਵਸਦਾ ਪਿੰਡ, ਅੱਖਾਂ ਸਾਹਮਣੇ ਉੱਠ ਕੇ ਚਲਾ ਗਿਆ। ਮੈਂ ਇਹਨਾਂ ਅੱਖਾਂ ਨਾਲ ਰੱਬ ਵਰਗੇ ਚੌਧਰੀਆਂ ਦੀਆਂ ਲੋਥਾਂ ਕੁੱਤਿਆਂ ਨੂੰ ਘੜੀਸਦੇ ਵੇਖਿਆ। ਸੱਤ ਸੱਤ ਪਰਦਿਆਂ ਵਿੱਚ ਰਹਿਣ ਵਾਲੀਆਂ ਰਹਿਣਾ ਨੂੰ ਧਾੜਵੀ ਲੇਲਿਆਂ ਵਾਂਗੂ ਧੂ ਕੇ ਲੈ ਗਏ। ਮਹਿਲਾਂ ਵਰਗੇ ਘਰ ਮਲਬੇ ਹੋ ਗਏ, ਲਹੂ ਦੇ ਪ੍ਰਣਾਲੇ ਚੱਲ ਪਏ। ਮੁੱਕਦੀ ਗੱਲ ਕਿ ਰੱਬ ਮਰ ਗਿਆ। ਉਸਨੇ ਖੰਗੂਰਾ ਮਾਰਦਿਆਂ ਉਪਰੀ ਜਿਹੀ ਨਜ਼ਰ ਨਾਲ ਆਲੇ ਦੁਆਲੇ ਨੂੰ ਘੂਰਿਆ। ਸੁਣਿਆ ਸੀ ਕਿ ਸਾਰੇ ਹਿੰਦੂ ਸਿੱਖ ਇੱਧਰ ਆ ਜਾਣਗੇ ਅਤੇ ਮੁਸਲਮਾਨ ਉੱਧਰ ਚਲੇ ਜਾਣਗੇ। ਅਸੀਂ ਖੁਸ਼ ਸਾਂ, ਸੋਚਦੇ ਸਾਂ ਕਿ ਪਾਕਿਸਤਾਨ ਸਾਡੀ ਮਾਂ ਨੂੰ ਮੋੜ ਕੇ ਲਿਆਉਣ ਵਾਸਤੇ ਹੀ ਬਣਿਆ ਏ। ਦਿਨ, ਮਹੀਨੇ, ਸਾਲ ਗੁਜ਼ਰਦੇ ਗਏ, ਨਾ ਮਾਂ ਮੁੜੀ, ਨਾ ਮਾਸੀਆਂ ਅਤੇ ਨਾ ਹੀ ਮਾਮੇ। ਖੌਰੇ ਕਿਸੇ ਨੇ ਉਹਨਾਂ ਨੂੰ ਗੋਲਿਆ ਹੀ ਨਹੀਂ ਸੀ। ਸ਼ਾਇਦ ਉਹ ਨਾ ਹਿੰਦੂ ਸਨ ਅਤੇ ਨਾ ਸਿੱਖ। ਇਹ ਕਹਿੰਦਿਆਂ ਉਹ ਆਪ ਮੁਹਾਰੇ ਹੱਸ ਪਿਆ। ਉਸਦੇ ਹਾਸੇ ਵਿੱਚੋਂ ਸਦੀਆਂ ਦੇ ਆਰ ਪਾਰ ਫੈਲੀ ਪੀੜ ਨੂੰ ਮਹਿਸੂਸਿਆ ਜਾ ਸਕਦਾ ਸੀ। ਕਈ ਵਰ੍ਹਿਆਂ ਬਾਅਦ ਧੋਗੜੀ ਵਾਲੀ ਮਾਸੀ ਆਈ। ਮੈਂ ਉਦੋਂ ਤੱਕ ਕਦੇ ਕਦਾਈ ਦਿਹਾੜੀ ਜਾਣ ਲੱਗ ਪਿਆ ਸਾਂ। ਅਸੀਂ ਮਾਸੀ ਨਾਲ ਮਾਂ ਦੀਆਂ ਰੱਜ ਰੱਜ ਗੱਲਾਂ ਕੀਤੀਆਂ। ਜਦੋਂ ਉਸਨੇ ਮਾਂ ਦੀ ਸਖ਼ਤ ਮਿਹਨਤ ਅਤੇ ਨਿੱਤ ਰੋਣ ਵਿਲਕਣ ਦੀ ਗੱਲ ਸੁਣਾਈ ਤਾਂ ਅਸੀਂ ਵੀ ਰੋ ਪਏ। ਉਸ ਦਿਨ ਤਾਂ ਬਾਪੂ ਦੀਆਂ ਅੱਖਾਂ ਵੀ ਛਲਕ ਗਈਆਂ। ਰਾਤ ਵੇਲੇ ਮੈਂ ਬਾਪੂ ਨੂੰ ਥੋੜ੍ਹਾ ਰੋਬ ਨਾਲ ਕਿਹਾ, ਮੈਂ ਮਾਂ ਨੂੰ ਮਿਲਣ ਜਾਣਾ। ਬਾਪੂ ਖਾਮੋਸ਼ ਰਿਹਾ। ਦੋ ਦਿਨ ਬਾਅਦ ਮੈਨੂੰ ਕੁੜੀ ਵਾਲੇ ਦੇਖਣ ਆ ਗਏ। 15 ਦਿਨਾਂ 'ਚ ਮੇਰਾ ਵਿਆਹ ਬੱਝ ਗਿਆ। ਮੇਰੇ ਘਰ ਵਹੁਟੀ ਆ ਗਈ। ਆਉਣ ਵਾਲੇ ਵਕਤ 'ਚ ਬੱਚੇ ਵੀ ਹੋ ਗਏ। ਮੇਰੀ ਜ਼ਿੰਦਗੀ ਲੂਣ ਅਤੇ ਲੱਕੜੀਆਂ ਦੇ ਚੱਕਰ ਵਿੱਚ ਫਸ ਕੇ ਰਹਿ ਗਈ। ਮਾਂ ਨੂੰ ਮਿਲਣ ਦੀ ਤਾਂਘ ਮੱਠੀ ਪੈਂਦੀ ਗਈ। ਜਦੋਂ ਮੈਂ ਪੂਰੀ ਤਰ੍ਹਾਂ ਕਬੀਲਦਾਰੀ ਦੀ ਦਲਦਲ ਵਿੱਚ ਫਸ ਗਿਆ ਤਾਂ ਇੱਕ ਸ਼ਾਮ ਬਾਪੂ ਬੋਲਿਆ, ਲੈ ਬਈ ਨਾਜਰਾ, ਬਣਾ ਲੈ ਹੁਣ ਕਾਰਡ ਪਾਕਿਸਤਾਨ ਜਾਣ ਲਈ, ਮਿਲਾ ਆਪਣੀ ਮਾਂ ਨੂੰ। ਉਹ ਫਿੱਕਾ ਜਿਹਾ ਹੱਸ ਕੇ ਚੁੱਪ ਹੋ ਗਿਆ। ਕੁਝ ਛਿਣ ਲਈ ਵਿਹੜਾ ਚੁੱਪ ਨਾਲ ਭਰਿਆ ਰਿਹਾ।
ਮੈਂ ਆਪਣੇ ਪਿੰਡ ਦੇ ਜੀਤ ਲੰਬੜ ਨੂੰ ਮਿਲਿਆ। ਉਹ ਇੱਕ ਦੋ ਵਾਰ ਨਨਕਾਣਾ ਸਾਹਿਬ ਜਾ ਆਇਆ ਸੀ। ਮੈਂ ਕਾਰਡ ਬਣਵਾਇਆ, ਦਿੱਲੀ ਗਿਆ। ਉਹਨਾਂ ਮੈਨੂੰ ਦੋ ਚਾਰ ਗੱਲਾਂ ਪੁੱਛੀਆਂ। ਮਾਂ ਵਾਲੀ ਗੱਲ ਸੁਣ ਕੇ ਉਹਨਾਂ ਠਾਹ ਕਰਕੇ ਮੋਹਰ ਲਗਾ ਦਿੱਤੀ। ਬਾਬੇ ਨਾਜਰ ਨੇ ਸੱਜੇ ਹੱਥ ਦੀ ਮੁੱਠੀ ਬਣਾਉਂਦਿਆਂ ਖੱਬੇ ਹੱਥ ਦੀ ਤਲੀ 'ਤੇ ਮੋਹਰ ਲਗਾਉਣ ਦੀ ਨਕਲ ਲਾਈ। ਫਿਰ ਭੈਣਾਂ ਨੇ ਕਲੇਸ਼ ਪਾ ਲਿਆ। ਅਗਲੇ ਛਿਣ ਉਹ ਥੋੜ੍ਹਾ ਉਦਾਸ ਹੁੰਦਿਆਂ ਬੋਲਿਆ। ਉਹ ਆਖਣ ਲੱਗੀ, ਸਾਨੂੰ ਵੀ ਨਾਲ ਲੈ ਕੇ ਚੱਲ, ਸਾਡੀ ਵੀ ਮਾਂ ਲੱਗਦੀ ਆ ਉਹ, ਸਾਡਾ ਵੀ ਮਿਲਣ ਨੂੰ ਦਿਲ ਕਰਦਾ। ਮੈਂ ਉਹਨਾਂ ਨੂੰ ਕਿਹਾ, ਮੈਂ ਪਤਾ ਨਹੀਂ ਮੰਗ ਪਹਿਨ ਕੇ ਕਿਵੇਂ ਚੱਲਾਂ, ਇੱਕ ਵਾਰ ਮੈਨੂੰ ਜਾ ਲੈਣ ਦਿਓ, ਮੈਂ ਮਾਂ ਨੂੰ ਇੱਥੇ ਹੀ ਲੈ ਆਉਣਾ। ਬਲਾਵਾਂ ਮਸਾਂ ਟਲੀਆਂ ਸੀ, ਤੁਰਨ ਲੱਗਾ ਤਾਂ ਤਾਈ ਆ ਗਈ, ਮੇਰਾ ਕਲਾਵਾ ਭਰ ਕੇ ਡੁਸਕੀ ਜਾਵੇ। ਫਿਰ ਲੀਰ ਜਿਹੀ 'ਚ ਬੱਧੀ ਕੋਈ ਸ਼ੈ ਫੜਾਉਂਦਿਆਂ ਆਖਣ ਲੱਗੀ, ਆਹ ਇਸਰੋ ਨੂੰ ਦੇ ਦੇਈਂ, ਇਹ ਅਮਾਨਤ ਆ ਉਹਦੀ, ਮਾਫ਼ੀ ਵੀ ਮੰਗ ਲਈ ਸਾਡੇ ਪਾਪੀਆਂ ਵੱਲੋਂ, ਨਾਲੇ ਆਖੀ ਹੁਣ ਆਪਣੇ ਪਿੰਡ ਮੁੜਾ ਵੇ। ਰਤਾ ਕੁ ਸਾਹ ਲੈਣ ਲਈ ਬਾਬਾ ਨਾਜਰ ਚੁੱਪ ਹੋ ਗਿਆ ਸੀ। ਬਾਪੂ ਮੈਨੂੰ ਅੱਡੇ ਤੱਕ ਤਾਂਗੇ 'ਤੇ ਚੜਾਉਣ ਆਇਆ ਸੀ, ਨਿਰੰਤਰ ਪਛਤਾਵੇ ਜਿਹੇ 'ਚ ਸਿਰ ਮਾਰਦਾ। ਮੈਂ ਉਹਦੇ ਬੋਲ ਉਡੀਕੀ ਗਿਆ। ਪੈਰੀਂ ਹੱਥ ਲਗਾ ਕੇ ਜਦੋਂ ਮੈਂ ਟਾਂਗੇ ਵਿੱਚ ਬੈਠਣ ਲੱਗਾ ਤਾਂ ਉਹ ਬਹੁਤ ਧੀਮੀ ਆਵਾਜ਼ ਵਿੱਚ ਬੋਲਿਆ ਸੀ, ਉਸ ਜਿੱਦਣ ਨੂੰ ਆਖੀ ਕਿ ਹੁਣ ਤਾਂ ਦੇਸ਼ ਵੀ ਦੋ ਬਣ ਗਏ, ਹੁਣ ਤਾਂ ਮੁੜਾ ਵੇ। ਮੈਂ ਰੋ ਪਿਆ। ਕਠਾਰ ਵਾਲੇ ਅੱਡੇ ਤੱਕ ਮੂੰਹ ਸਿਰ ਵਲੇਟ ਕੇ ਬੈਠਾ ਮੁੜ ਮਾਂ ਬਾਰੇ ਸੋਚਦਾ ਰਿਹਾ। ਫਿਰ ਮੈਂ ਕੁੜਤੇ ਦੀ ਜੇਬ ਵਿੱਚੋਂ ਤਾਈ ਵਾਲੀ ਪੋਟਲੀ ਕੱਢ ਲਈ। ਜਦੋਂ ਖੋਲ੍ਹੀ ਤਾਂ ਵਿੱਚ ਮੁਰਕੀਆਂ ਸਨ। ਮੈਨੂੰ ਯਾਦ ਆਇਆ ਕਿ ਇਹ ਤਾਂ ਮੈਂ ਮਾਂ ਦੇ ਕੰਨਾਂ ਵਿੱਚ ਵੇਖਦਾ ਰਿਹਾ ਸਾਂ, ਤਾਈ ਕੋਲ ਕਿਵੇਂ ਆਈਆਂ? ਇਸ ਸਵਾਲ ਦਾ ਜਵਾਬ ਨਹੀਂ ਸੀ ਮੇਰੇ ਕੋਲ। ਸੂਰਜ ਕੰਧਾਂ ਤੋਂ ਉਤਾਂਹ ਉੱਠ ਗਿਆ। ਬਾਪੂ ਨਾਜਰ ਦੇ ਚਿਹਰੇ 'ਤੇ ਧੁੱਪ ਆ ਗਈ। ਮੈਂ ਛਾਵੇਂ ਹੋਣ ਦੀ ਗੱਲ ਆਖੀ ਤਾਂ ਉਹ ਮੁਸਕਰਾਉਂਦੇ ਹੋਏ ਬੋਲਿਆ, ਮੈਂ ਸਾਰੀ ਉਮਰ ਧੁੱਪਾਂ ਹੀ ਸਹੀਆਂ ਨੇ ਪੁੱਤਰਾ। ਉਹ ਠੰਡਾ ਜਿਹਾ ਹੌਂਕਾ ਭਰ ਕੇ ਫਿਰ ਤੋਂ ਚੁੱਪ ਕਰ ਗਿਆ। ਮੈਂ ਕੁਝ ਵੀ ਕਹਿਣਾ ਮੁਨਾਸਬ ਨਾ ਸਮਝਿਆ। ਉਦੋਂ ਮੇਰੇ ਜਲੰਧਰੋਂ ਦਿੱਲੀ ਜਾਣ ਦੇ ਸਾਰੇ 13 ਰੁਪਏ ਲੱਗੇ ਸੀ। ਉਹਨੇ ਆਪਣੀ ਮਰਜ਼ੀ ਨਾਲ ਗੱਲ ਸ਼ੁਰੂ ਕੀਤੀ ਸੀ। ਅਗਾਂਹ ਜਲੰਧਰੋਂ ਅੰਮ੍ਰਿਤਸਰ ਦੇ ਵੀ 13 ਹੀ ਰੁਪਏ ਲੱਗੇ ਸੀ। ਅੰਮ੍ਰਿਤਸਰੋਂ ਬਾਰਡਰ ਦੇ ਲੱਗੇ ਸੀ 14 ਆਨੇ, ਅਤੇ ਇੰਨੇ ਹੀ ਲੱਗੇ ਅੱਗੇ ਬਾਰਡਰ ਤੋਂ ਲਾਹੌਰ ਦੇ। ਮੈਂ ਬਾਰਡਰ ਤੋਂ ਪੈਸੇ ਬਦਲਵਾਏ, 100 ਦੇ ਮਿਲੇ 125। ਬੱਸਾਂ ਲੱਗੀਆਂ ਸੀ, ਲਾਹੌਰ ਪਹੁੰਚ ਗਿਆ। ਲਾਹੌਰੋਂ ਰੇਲ ਫੜੀ ਤਾਂ ਸਿੱਧਾ ਲੈਲਪੁਰ। ਲੈਲਪੁਰ ਪਹੁੰਚਦਿਆਂ ਮੈਨੂੰ ਹਨੇਰਾ ਹੋ ਗਿਆ ਸੀ। ਮਸਲਾ ਇਹ ਸੀ ਕਿ ਰਾਤ ਕਿੱਥੇ ਕੱਟਾਂ? ਉੱਥੇ ਅੱਡਿਆਂ 'ਚ ਆਵਾਜ਼ਾਂ ਮਾਰਦੇ ਕਿ ਆ ਜਾਓ ਰਾਤ ਰਹਿਣ ਵਾਲੇ। ਉਹਨਾਂ ਮੇਰੇ ਕੋਲੋਂ 4 ਰੁਪਏ ਲਏ ਅਤੇ ਕਮਰਾ ਖੋਲ੍ਹ ਦਿੱਤਾ। ਮੈਂ ਉੱਥੇ ਨਜ਼ਾਰੇ ਨਾਲ ਰਾਤ ਕੱਟੀ। ਸਵੇਰੇ ਉੱਠਿਆ, ਤਾਲਾ ਲਗਾਇਆ, ਚਾਬੀ ਫੜਾਈ ਅਤੇ ਤੁਰ ਪਿਆ। ਫਿਰ ਮੈਂ ਸੋਚਿਆ, ਆਇਓ ਤਾਂ ਹੈਗੇ ਹੀ ਆ, ਚਲੋ ਮਾੜਾ ਜਿਹਾ ਲੈਲਪੁਰ ਹੀ ਘੁੰਮ ਕੇ ਦੇਖ ਲਈਏ। ਨਾਂ ਬੜਾ ਸੁਣਿਆ ਸੀ ਬਜ਼ੁਰਗਾਂ ਕੋਲੋਂ। ਲੈਲਪੁਰ ਵਾਲੀ ਕਟਾਈ ਵਾਕਿਆ ਨਹੀਂ ਹੈਗੀ ਕਿਸੇ ਸ਼ਹਿਰ ਦੀ। 7 ਸੜਕਾਂ, ਵਿਚਕਾਰ ਘੰਟਾ ਘਰ। ਮੈਂ ਸਾਰਾ ਦਿਨ ਘੁੰਮਦਾ ਰਿਹਾ। ਇੱਥੋਂ ਵਾਹਵਾ ਦਿਨ ਢਲੇ 'ਤੇ ਤੁਰਿਆ, ਸੰਡਿਆਂ ਵਾਲੇ ਸਟੇਸ਼ਨ 'ਤੇ ਉੱਤਰ ਗਿਆ। ਉੱਥੇ ਫਿਰ ਹਨੇਰਾ ਹੋ ਗਿਆ। ਫਿਰ ਮੈਂ ਸਟੇਸ਼ਨ 'ਤੇ ਚਾਦਰ ਵਿਛਾਈ ਅਤੇ ਲੰਮਾ ਪੈ ਗਿਆ। ਦਿਨ ਚੜਿਆ, ਉੱਥੋਂ ਮੈਂ ਕਿੰਨੂ ਅਤੇ ਕੁਝ ਮਠਿਆਈ ਖਰੀਦੀ। ਉੱਥੋਂ ਚੱਕ 199 7 ਮੁਰੱਬੇ ਦੂਰ। ਸਾਧਨ ਕੋਈ ਹੈ ਨਹੀਂ ਸੀ, ਰਾਹ ਵਿੱਚ ਇੱਕ ਗੱਡੇ ਵਾਲਾ ਮਿਲ ਗਿਆ। ਇੱਥੇ ਆ ਕੇ ਬਾਪੂ ਨਾਜਰ ਖਿੜ ਗਿਆ। ਉਹ ਪੁੱਛਦਾ, ਕਿੱਥੋਂ ਆਇਆ? ਜਦੋਂ ਮੈਂ ਹੁਸ਼ਿਆਰਪੁਰ ਦਾ ਨਾਂ ਲਿਆ ਤਾਂ ਉਹ ਕੂਕ ਪਿਆ, ਮੈਨੂੰ ਜੱਫੀ ਪਾ ਲਈ। ਲੱਗ ਪਿਆ ਰੋਣ, ਰੋਈ ਜਾਵੇ ਰੋਈ ਜਾਵੇ।
ਮੈਨੂੰ ਕੁਝ ਸਮਝ ਨਾ ਆਇਆ। ਫਿਰ ਅੱਖਾਂ ਪੂੰਝਦਿਆਂ ਉਹਨੇ ਮੈਥੋਂ ਮੇਰਾ ਪਿੰਡ ਪੁੱਛਿਆ। ਉਹ ਬਰੋਟੀ ਪਿੰਡ ਦਾ ਗੁੱਜਰ ਸੀ। ਮੈਂ ਉਹ ਪਿੰਡ ਕਈ ਵਾਰ ਵੇਖਿਆ। ਮੈਥੋਂ ਉਹਨੇ ਪੁੱਛਿਆ ਕਿ ਚੌਹਾਲ ਵੱਲੋਂ ਜਾਂਦਿਆਂ ਸਰਾਈ ਵਾਲੇ ਮੋੜ 'ਤੇ ਦਾੜੀ ਵਾਲਾ ਬੋਰਡ ਹੁਣ ਹੈ ਕਿ ਨਹੀਂ। ਮੈਂ ਹਾਂ ਵਿੱਚ ਸਿਰ ਮਾਰਿਆ ਤਾਂ ਉਹ ਫਿਰ ਤੋਂ ਰੋਣ ਲੱਗ ਪਿਆ। ਰੌਲਿਆਂ ਵੇਲੇ ਪਿੰਡੋਂ ਨਿਕਲਦਿਆਂ ਚੋ ਕੰਡੇ ਉਹਨਾਂ 'ਤੇ ਹਮਲਾ ਹੋ ਗਿਆ ਸੀ। ਆਪਣੇ ਬਿਮਾਰ ਬਾਪ ਨੂੰ ਉਹ ਉਸ ਬੋਰਡ ਥੱਲੇ ਛੱਡ ਆਇਆ ਸੀ। ਉਹ ਫਿਰ ਤੋਂ ਕੂਕਿਆ। ਉਵੇਂ ਦੱਸਦਾ ਬਾਪੂ ਮੈਨੂੰ ਅੱਜ ਵੀ, ਸੱਜੇ ਹੱਥ ਨਾਲ ਬਚ ਕੇ ਦੂਰ ਦੌੜ ਜਾਣ ਦਾ ਇਸ਼ਾਰਾ ਕਰਦਾ। ਫਿਰ ਉਹ ਬਹੁਤੀ ਗੱਲ ਨਾ ਕਰ ਸਕਿਆ, ਬਸ ਰੋਈ ਗਿਆ। ਮੱਲੋ ਜੋਰੀ ਮੈਨੂੰ 199 ਦੀ ਜੂਹ ਤੱਕ ਛੱਡ ਗਿਆ। ਇੱਥੇ ਪਹੁੰਚ ਕੇ ਬਾਪੂ ਨਾਜਰ ਦਾ ਚਿਹਰਾ ਲਾਲ ਹੋ ਗਿਆ। ਪਿੰਡ 'ਚ ਵੜਦਿਆਂ ਮੈਂ ਇੱਕ ਬੁੜੀ ਨੂੰ ਇਸਰੀ ਦਾ ਘਰ ਪੁੱਛਿਆ। ਉਹ ਪੁੱਛਣ ਲੱਗੀ, ਤੂੰ ਉਹਦਾ ਪੁੱਤ ਤਾਂ ਨਹੀਂ? ਜਦੋਂ ਮੈਂ ਹਾਂਜੀ ਕਿਹਾ ਤਾਂ ਉਹ ਬੋਲੀ, ਹਏ ਉਹ ਤਾਂ ਤੈਨੂੰ ਰੋਂਦੀ ਮਰ ਗਈ। ਮੈਂ ਧੌਰ ਅੰਦਰ ਤੱਕ ਕੰਬ ਉੱਠਿਆ। ਇੱਕ ਛੈਨੀ ਲੱਗਿਆ ਕਿ ਮਾਂ ਸੱਚਿਓ ਮਰ ਗਈ ਹੋਣੀ ਹੈ। ਉਹ ਮੈਨੂੰ ਮਾਂ ਦੇ ਘਰ ਵੱਲ ਲੈ ਤੁਰੀ। ਮਾਂ ਵਿਚਾਰੀ ਕਿਧਰੇ ਕੰਮ 'ਤੇ ਗਈ ਹੋਈ ਸੀ। ਗਵਾਂਢੀ ਵੀ ਸਾਡੀ ਬਰਾਦਰੀ ਦੇ ਸੀ। ਉਹਨਾਂ ਦਾ ਮੁੰਡਾ ਮੈਨੂੰ ਆਪਣੇ ਘਰ ਲੈ ਗਿਆ। ਮੂਹਰੇ ਰੋਟੀ ਲਿਆ ਰੱਖੀ। ਮੈਂ ਮਸੀ ਇੱਕ ਰੋਟੀ ਖਾਧੀ। ਬੜੀ ਤਾਂਘ ਸੀ ਮਾਂ ਨੂੰ ਮਿਲਣ ਦੀ। ਲਓ ਜੀ, ਫਿਰ ਮਾਂ ਹੋਰੀ ਵੀ ਆ ਗਏ। ਉਹਨੇ ਆਉਂਦਿਆਂ ਮੇਰਾ ਕਲਾਵਾ ਭਰ ਲਿਆ। ਓ ਹੋ, ਰੋਏ ਫਿਰ ਮਾਂ ਪੁੱਤ ਧਾਹਾਂ ਮਾਰ ਮਾਰ ਕੇ? 25 ਸਾਲਾਂ ਵਿੱਚ ਸ਼ਕਲਾਂ ਵੀ ਤਾਂ ਬਦਲ ਜਾਂਦੀਆਂ ਨੇ। ਉਹਨਾਂ ਮੈਨੂੰ ਬੁੱਲ ਦੇ ਇਸ ਨਿਸ਼ਾਨ ਤੋਂ ਪਛਾਣ ਲਿਆ ਸੀ। ਨਿੱਕੇ ਹੁੰਦਿਆਂ ਕਿਤੇ ਨਿਆਣਿਆਂ ਨਾਲ ਖੇਡਦਿਆਂ ਕੱਚ ਲੱਗ ਗਿਆ ਸੀ। ਉਹ ਮਾਂ ਦੀ ਯਾਦ 'ਚ ਸਰੂਰਿਆ ਸਿਰ ਮਾਰੀ ਗਿਆ ਸੀ। ਮੇਰਾ ਤਾਂ ਸਾਰੇ ਪਿੰਡ ਨੂੰ ਚਾਅ ਸੀ। ਘਰ ਤਾਂ ਮੈਂ ਘੱਟ ਹੀ ਰੋਟੀ ਖਾਧੀ, ਕਦੇ ਕਿਸੇ ਘਰ ਕਦੇ ਕਿਸੇ ਘਰ। ਮੁਸਲਮਾਨਾਂ ਨੇ ਕਹਿਣਾ, ਮਾਈ ਅੱਜ ਮੁੰਡੇ ਨੂੰ ਸਾਡੇ ਵੱਲ ਲੈ ਕੇ ਆਈ। ਬੜੀ ਆਓ ਭਗਤ ਕੀਤੀ ਸਾਰਿਆਂ ਨੇ। ਮੈਂ ਪੂਰਾ ਮਹੀਨਾ ਸਾਰੇ ਪਿੰਡ ਦਾ ਮਹਿਮਾਨ ਬਣਿਆ ਰਿਹਾ। ਮਾਣੇ ਹੋਏ ਮੋਹ ਸਤਿਕਾਰ ਨੂੰ ਯਾਦ ਕਰਦਿਆਂ ਹਰਨਾਮ ਦੇ ਬਾਪੂ ਦੇ ਚਿਹਰੇ 'ਤੇ ਆਨੰਦ ਫੈਲ ਗਿਆ। ਤੁਹਾਡੀ ਮਾਂ ਨੇ ਬਾਪੂ ਦਾ ਹਾਲ ਵੀ ਪੁੱਛਿਆ ਸੀ ਕਿ ਨਹੀਂ? ਮੈਂ ਪੁੱਛਿਆ। ਸੰਗਦੀ ਪੁੱਛਣ ਲੱਗੀ, ਉਹ ਨਹੀਂ ਸੀ ਕਹਿੰਦੇ ਆਉਣ ਲਈ? ਇਹ ਗੱਲ ਕਰਦਿਆਂ ਬਾਪੂ ਨਾਜਰ ਦੀ ਜ਼ਬਾਨ ਥਿੜਕ ਗਈ। ਮੈਂ ਕਿਹਾ, ਜਿੱਦਾਂ ਤੁਸੀਂ ਇੱਥੇ ਬੈਠੇ ਆ ਉੱਦਾਂ ਹੀ ਉਹ ਗੁੱਸੇ 'ਚ ਉੱਥੇ ਬੈਠੇ ਆ। ਉਹਦੇ ਫਿੱਕੇ ਜਿਹੇ ਹਾਸੇ ਵਿੱਚ ਪੌਣੀ ਸਦੀ ਦੀ ਵੈਰਾਨੀ ਪਸਰ ਗਈ। ਫਿਰ ਕੁਝ ਦਿਨਾਂ ਬਾਅਦ ਮੈਂ ਗੁਆਂਢੀਆਂ ਦਾ ਮੁੰਡਾ ਨਾਲ ਲਿਆ ਅਤੇ ਲੈਲਪੁਰ ਜਾ ਕੇ ਮਾਂ ਦਾ ਪਾਸਪੋਰਟ ਅਪਲਾਈ ਕਰਾਇਆ। ਮਾਂ ਮੰਨ ਵੀ ਗਈ ਸੀ ਇੱਧਰ ਆਉਣ ਲਈ। ਮੈਂ ਕਿਹਾ, ਜਦੋਂ ਪਾਸਪੋਰਟ ਬਣ ਕੇ ਆ ਗਿਆ ਤਾਂ ਤੂੰ ਮੈਨੂੰ ਚਿੱਠੀ ਪਾ ਦੇਈਂ, ਮੈਂ ਆ ਕੇ ਲੈ ਜਾਊਂਗਾ। ਫਿਰ ਸਾਡੀ ਮਾਸੀ ਦੇ ਪੁੱਤ ਨੂੰ ਪਤਾ ਲੱਗ ਗਿਆ। ਉਹ ਜਾ ਕੇ ਪਾਸਪੋਰਟ ਦੀ ਦਰਖਾਸਤ ਕੈਂਸਲ ਕਰਵਾਇਆ। ਇਹ ਗੱਲ ਉਹਨੇ ਨਿਰਾਸ਼ਤਾ ਵਿੱਚ ਸਿਰ ਮਾਰਦਿਆਂ ਕਹੀ। ਇੰਨਾ ਪਿਆਰ ਸੀ ਉਹਨੂੰ ਮਾਸੀ ਨਾਲ? ਮੈਂ ਸਵਾਲ ਕੀਤਾ। ਉਹ ਹੱਸ ਪਿਆ। ਪਿਆਰ ਕਾਹਨੂੰ ਸੀ, ਖੀ ਮਸੇਰ ਅਤੇ ਮਮੇਰ ਸਾਰੇ ਮੇਰੀ ਮਾਂ ਦੀ ਕਮਾਈ ਨੂੰ ਪਏ ਹੋਏ ਸੀ। ਆਪ ਤਾਂ ਵਿਹਲੜ ਸਨ। ਮਾਂ ਮੇਰੀ ਨੇ ਕਿਸੇ ਬੁੜੀ ਦਾ ਪੇਟ ਮਲ ਦੇਣਾ, ਕਿਸੇ ਦਾ ਸਿਰ ਝੱਸ ਦੇਣਾ, ਲੋੜ ਵੇਲੇ ਕਿਸੇ ਦਾ ਗੋਹਾ ਕੂੜਾ ਵੀ ਕਰ ਦੇਣਾ। ਮਾੜਾ ਮੋਟਾ ਦਾਈਪੁਣਾ ਵੀ ਆਉਂਦਾ ਸੀ ਉਹਨੂੰ। ਵਿਆਹ ਸ਼ਾਦੀ 'ਤੇ ਭਾਂਡੇ ਵੀ ਮਾਂਜ ਲੈਂਦੀ। ਉਸ ਵਿਚਾਰੀ ਦੀ ਕਿਸਮਤ 'ਚ ਹੀ ਟੁੱਟ ਟੁੱਟ ਮਰਨਾ ਲਿਖਿਆ ਸੀ। ਹਰਨਾਮ ਦੇ ਬਾਪੂ ਨੇ ਅੱਖਾਂ ਮੀਟਦਿਆਂ ਹੌਂਕਾ ਭਰਿਆ। ਪਾਕਿਸਤਾਨ 'ਚ ਕਿੰਨਾ ਕੁ ਘੁੰਮੇ ਫਿਰੇ? ਉਹਦੀ ਸੋਚ ਨੂੰ ਹੋਧਰੇ ਪਾਉਣ ਲਈ ਮੈਂ ਇਹ ਸਵਾਲ ਕੀਤਾ। ਫਿਰ ਮੈਨੂੰ ਮੇਰਾ ਆੜੀ ਸਮੈਲ ਮਿਲਣ ਆ ਗਿਆ। ਅਸੀਂ ਤਲਵੰਡੀ ਇਕੱਠੇ ਪੜ੍ਹਦੇ ਰਹੇ ਸਾਂ।
ਅਸੀਂ 2 ਦਿਨ ਪਿੰਡ ਦੀਆਂ ਗੱਲਾਂ ਕਰਦੇ ਰਹੇ। ਇੱਕ ਦਿਨ ਨੀਵੀਂ ਪਾਈ ਪੁੱਛਣ ਲੱਗਾ, ਨਾਜਰਾ ਮੇਰੀ ਮਾਂ ਕਿਸ ਪਿੰਡ 'ਚ ਵੱਸਦੀ ਏ? ਸਾਡੇ ਪਿੰਡ ਦੀਆਂ 3 ਰਹਿਣਾ 47 ਵੇਲੇ ਚੁੱਕੀਆਂ ਗਈਆਂ ਸਨ। ਮੈਂ ਉਸ ਪਿੰਡ ਦਾ ਨਾਂ ਲਿਆ ਤਾਂ ਉਹ ਬੜੀ ਦੇਰ ਚੁੱਪ ਚਾਪ ਜ਼ਮੀਨ ਵੱਲ ਵੇਖਦਾ ਰਿਹਾ। ਉਹਦੀਆਂ ਅੱਖਾਂ 'ਚ ਹੰਝੂ ਪਰਲ ਪਰਲ ਵਗਦੇ ਰਹੇ। ਫਿਰ ਬੋਲਿਆ, ਕਦੇ ਮੇਰੀ ਮਾਂ ਨੂੰ ਮਿਲ ਸਕੇ ਤਾਂ ਕਹਿਣਾ ਕਿ ਇਸਮਾਇਲ ਨੇ ਭੁਲਾਇਆ ਨਹੀਂ ਉਹਨੂੰ। ਮੈਂ ਆਪਣੀ ਧੀ ਦਾ ਨਾਂ ਰੱਖਿਆ ਉਹਦੇ ਵਾਲਾ, ਜੈਨਬ ਬੀਬੀ। ਇਹ ਦੱਸਦਿਆਂ ਬਾਪੂ ਨਾਜਰ ਦੇ ਬੋਲ ਕੰਬਣ ਲੱਗੇ। ਫਿਰ ਉਹ ਮੈਨੂੰ ਆਪਣੇ ਪਿੰਡ ਲੈ ਗਿਆ। ਡਿਜਕੋਟ ਕਸਬੇ ਵੱਲ ਚੱਕ ਸੀ ਉਹਦਾ। ਪਿੰਡ ਦੀ ਜੂਹ ਵਿੱਚ ਵੜਦਿਆਂ ਕਹਿਣ ਲੱਗਾ, ਤੂੰ ਪਿੰਡ ਵਾਲਿਆਂ ਨੂੰ ਇਹੋ ਦੱਸਣਾ ਕਿ ਮੇਰੀ ਮਾਂ ਪਿੰਡ 'ਚੋਂ ਹੀ ਕਤਲ ਹੋ ਗਈ ਸੀ। ਇਹ ਵੀ ਆਖਣਾ ਕਿ ਤੂੰ ਉਹਦੀ ਲਾਸ਼ ਆਪ ਵੇਖੀ ਸੀ। ਭਾਵੇਂ ਇਹ ਵੀ ਆਖ ਦੇਈਂ ਕਿ ਤੂੰ ਉਹਦੀ ਲਾਸ਼ ਨੂੰ ਦਫਨਾਉਣ ਵਾਲਿਆਂ 'ਚ ਸ਼ਾਮਲ ਸੀ। ਇਹ ਕਹਿੰਦਿਆਂ ਉਹ ਮੇਰੇ ਗੱਲ ਲੱਗ ਕੇ ਬੜਾ ਰੋਇਆ। ਮੇਰਾ ਕਿਹੜਾ ਜ਼ੋਰ ਲੱਗਦਾ ਸੀ, ਮੈਂ ਉੱਥੇ 4 ਕੁ ਦਿਨ ਰਿਹਾ। ਆਨੇ ਬਹਾਨੇ ਇਹ ਗੱਲ ਮੈਂ ਪਤਾ ਨਹੀਂ 50 ਬੰਦਿਆਂ ਨੂੰ ਦੱਸੀ ਹੋਣੀ ਹੈ। ਅਸੀਂ ਸਮੈਲ ਹੋਰਾਂ ਦੇ ਘਰੋਂ ਬੜਾ ਖਾਧਾ ਸੀ। ਮਾਂ ਦੇ ਜਾਣ ਬਾਅਦ ਉਹਦੀ ਮਾਂ ਸਮੈਲ ਹੱਥ ਮੇਰੇ ਲਈ ਵੀ ਸਕੂਲੇ 2 ਰੋਟੀਆਂ ਭੇਜ ਦਿੰਦੀ ਹੁੰਦੀ ਸੀ। ਚਲੋ ਥੋੜ੍ਹਾ ਹੀ ਸਹੀ, ਮੈਂ ਕੁਝ ਕਰਜ਼ ਤਾਂ ਉਤਾਰ ਆਇਆ ਸਾਂ। ਇਹ ਆਖ ਉਹ ਉਦਾਸ ਜਿਹਾ ਮੁਸਕਰਾਇਆ ਸੀ। ਉੱਧਰ ਕਿੰਨੇ ਕੁ ਬੰਦੇ ਮਿਲੇ ਤੁਹਾਡੇ ਵਾਲੀ ਤਲਵੰਡੀ ਦੇ? ਮੈਂ ਪੁੱਛਿਆ। ਬੜੇ ਮਿਲੇ, ਉਸ ਚੱਕ 'ਚ ਬਹੁਤੇ ਸਾਡੇ ਪਿੰਡ ਵਾਲੇ ਬੈਠੇ ਸੀ। ਕਈ ਤਾਂ ਬੜੇ ਔਖੇ ਹੋਏ, ਕਹਿਣ ਲੱਗੇ ਕਿ ਤੁਸੀਂ ਸਾਨੂੰ ਵੱਢ ਟੋਕ ਕੇ ਕੱਢਿਆ। ਕਈ ਗੱਲ ਲੱਗ ਕੇ ਤਾਹਾ ਮਾਰਨ ਵਾਲੇ ਵੀ ਮਿਲੇ। ਕਈਆਂ ਨੇ ਕਬਰਾਂ ਅਤੇ ਕਈਆਂ ਨੇ ਘਰਾਂ ਦਾ ਹਾਲ ਪੁੱਛਿਆ। ਬੁੜੀ ਬਸਰੀ ਵੀ ਮਿਲੀ, ਉਹ ਚੱਕ ਸਾਧੂ ਦੀ ਸੀ। ਮੇਰੀ ਤਾਈ ਵੀ ਉੱਥੋਂ ਦੀ ਸੀ, ਬੜਾ ਸਹੇਲਪੁਣਾ ਸੀ ਉਹਨਾਂ ਦਾ। ਕਹਿੰਦੀ ਸਾਨੂੰ ਤਾਂ ਉੱਜੜਿਆ ਹੀ ਚਾਹੁੰਦੀ ਸੀ ਤਾਈ ਤੇਰੀ। ਹਲੇ ਅਸੀਂ ਘਰੇ ਹੀ ਬੈਠੇ ਸਾਂ ਤਾਂ ਉਹ ਭੈਣ ਬਣ ਕੇ ਸਮਾਨ ਲੈਣ ਆ ਗਈ। ਇਸ ਗੱਲ ਤੋਂ ਬਾਅਦ ਫਿਰ ਚੁੱਪ ਪਸਰ ਗਈ। ਉਦੋਂ ਤੁਹਾਡੀ ਬਰਾਦਰੀ ਦੇ ਲੋਕ ਉੱਥੇ ਕਿਹੜੇ ਧਰਮ ਨੂੰ ਮੰਨਦੇ ਸੀ? ਮੈਂ ਗੱਲ ਨੂੰ ਮੋੜਦਿਆਂ ਪੁੱਛਿਆ। ਸਾਡੇ ਲੋਕ? ਬਾਪੂ ਨਾਜਰ ਖਿੜਖਿੜਾ ਕੇ ਹੱਸਿਆ। ਉਹਨਾਂ ਗਰੀਬਾਂ ਦਾ ਕਿਹੜਾ ਧਰਮ? ਬਸ ਮੁਸਲਮਾਨ ਹੋ ਗਏ ਸੀ, ਵੱਟੇ ਦੇ ਵਿਆਹ ਹੁੰਦੇ ਸੀ ਉੱਧਰ। ਇੱਧਰ ਤਾਂ ਮੁੰਡਾ ਜੰਮੇ ਦੀ ਖੁਸ਼ੀ ਕਰਦੇ ਆ, ਪਰ ਉਹਨਾਂ ਦੇ ਕੁੜੀ ਜੰਮੇ ਤਾਂ ਸੋਚਦੇ ਆ ਕਿ ਚਲੋ ਕੋਈ ਮੁੰਡਾ ਹੀ ਵਿਆਹਿਆ ਜਾਊਗਾ। ਮੁਸਲਮਾਨ ਵੀ ਨੀਵਾਂ ਹੀ ਸਮਝਦੇ ਸੀ ਸਾਡਿਆਂ ਨੂੰ। ਇਹਨਾਂ ਦੀ ਕੁੜੀ ਲੈ ਲੈਂਦੇ ਸੀ ਪਰ ਆਪਣੀ ਨਹੀਂ ਸੀ ਦਿੰਦੇ। ਹੋ ਵਿਚਾਰੇ ਕੀ ਕਰਦੇ, ਮਜਬੂਰੀ ਵੱਸ ਦੀਨਦਾਰ ਹੋ ਗਏ। ਮੈਂ ਜਿਨ੍ਹਾਂ ਦੇ ਘਰ ਪਹਿਲੇ ਦਿਨ ਰੋਟੀ ਖਾਧੀ ਸੀ ਉਹ 7 ਭਰਾ ਸਨ। ਇੱਕ ਕਹਿਣ ਲੱਗਾ ਕਿ ਸਾਡੇ ਵਿਆਹ ਹੀ ਨਹੀਂ ਹੁੰਦੇ। ਉਸ ਛਿਣ ਮੈਂ ਬਾਬੇ ਨਾਜਰ ਦੇ ਬੋਲਾਂ 'ਚ ਮਜਬੂਰੀ ਵੱਸ ਦੀਨਦਾਰ ਹੋਏ ਹਜ਼ਾਰਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕੀਤਾ। ਮਾਂ ਨੇ ਫਿਰ ਕਿੱਦਾਂ ਤੋਰਿਆ ਤੁਹਾਨੂੰ? ਮੈਂ ਗੱਲ ਨੂੰ ਸਮੇਟਣ ਦੇ ਖਿਆਲ ਨਾਲ ਪੁੱਛਿਆ। ਮੇਰੀ ਗੱਲ ਵਿੱਚ ਤਵੀਤੜੀ ਪਾ ਕੇ ਭੇਜੀ, ਮੇਰੇ ਬੱਚਿਆਂ ਅਤੇ ਆਪਣੀਆਂ 2 ਧੀਆਂ ਲਈ ਸੂਟ ਵੀ ਭੇਜੇ, ਆਪਣੀ ਨੂੰਹ ਲਈ ਸੂਟਾਂ ਦੇ ਨਾਲ ਥੋੜ੍ਹਾ ਗਹਿਣਾ ਵੀ ਭੇਜਿਆ। ਮੈਂ ਨਾ ਕੀਤੀ ਤਾਂ ਆਖਣ ਲੱਗੀ, ਮੈਂ ਸੱਸ ਹਾਂ, ਮੇਰਾ ਇਹ ਵਿਹਾਰ ਬਣਦਾ। ਮਨ 'ਚ ਆਇਆ ਕਿ ਪੁੱਛਾਂ ਕਿਹੜੇ ਕਿਹੜੇ ਰਿਸ਼ਤੇ ਦਾ ਕਿਹੜਾ ਕਿਹੜਾ ਵਿਹਾਰ ਹੁੰਦਾ। ਫਿਰ ਸੋਚਿਆ ਕਿ ਉਹ ਤਾਂ ਪਹਿਲਾਂ ਹੀ ਬਹੁਤ ਦੁਖੀ ਹੈ, ਐਵੇਂ ਹੋਰ ਦੁਖੀ ਹੋਊ। ਮੈਂ ਚੁੱਪ ਰਿਹਾ। ਤੁਹਾਡੇ ਬਾਪੂ ਲਈ ਵੀ ਕੁਝ ਭੇਜਿਆ ਸੀ? ਮੈਂ ਵਿੱਚ ਵਿਚਾਲੇ ਇਹ ਸਵਾਲ ਕਰ ਦਿੱਤਾ। ਐਵੇਂ ਮੈਂ ਝੂਠ ਬੋਲਾਂ, ਉਹਨਾਂ ਲਈ ਕੁਝ ਨਹੀਂ ਸੀ ਭੇਜਿਆ। ਮੈਂ ਉੱਥੇ 35-40 ਦਿਨ ਰਿਹਾ। ਅਸੀਂ ਰੱਜ ਰੱਜ ਦੁੱਖ ਫਰੋਲੇ। ਮਾਂ ਨੇ ਮੇਰੇ ਕੋਲੋਂ ਮਾਫ਼ੀ ਵੀ ਮੰਗੀ।
ਆਖਣ ਲੱਗੀ, ਮੈਂ ਤੁਹਾਡਾ ਬਚਪਨ ਰੋਲ ਦਿੱਤਾ, ਪੇਕਿਆਂ ਨੂੰ ਵੀ ਕੰਮ ਪਿਆਰਾ ਸੀ, ਚੰਮ ਨਹੀਂ, ਚੰਗਾ ਹੋਇਆ ਜੋ ਤੂੰ ਮਿਲ ਚੱਲਿਆ, ਆਹ ਦੁੱਖ ਮੈਂ ਹੋਰ ਕਿਹਨੂੰ ਸੁਣਾ ਸਕਦੀ ਸਾਂ। ਬਾਬੇ ਨਾਜਰ ਨੂੰ ਇਸ ਗੱਲ ਦਾ ਸਕੂਨ ਸੀ ਕਿ ਉਹ ਮਾਂ ਦਾ ਮਨ ਹੌਲਾ ਕਰ ਆਇਆ ਸੀ। ਮੁੜ ਛੇਤੀ ਤੁਰ ਗਈ ਵਿਚਾਰੀ, ਉਹਨੇ ਹੌਂਕਾ ਭਰਦਿਆਂ ਆਖਿਆ। ਉਹ ਤਾਈ ਵਾਲੀਆਂ ਮੁਰਕੀਆਂ ਮੈਨੂੰ ਚਾਣ ਚੱਕ ਯਾਦ ਆਇਆ, ਮੁਰਕੀਆਂ ਨਹੀਂ ਰੱਖੀਆਂ ਸੀ ਮਾਂ ਨੇ, ਬਿਨਾਂ ਦੇਖੇ ਮੋੜ ਦਿੱਤੀਆਂ। ਕਹਿਣ ਲੱਗੀ, ਮੈਂ ਇਹ ਤੇਰੀ ਤਾਈ ਨੂੰ ਕੋਈ ਮੁਫਤ ਨਹੀਂ ਸੀ ਦਿੱਤੀਆਂ, ਬਹੁਤ ਵੱਡਾ ਮੁੱਲ ਤਾਰਿਆ ਸੀ। ਬਜ਼ੁਰਗ ਦੀਆਂ ਖੁਸ਼ਕ ਅੱਖਾਂ 'ਚ ਸਮਿਆਂ ਦੀ ਆਰ ਪਾਰ ਫੈਲੀ ਪੀੜ ਪ੍ਰਤੱਖ ਪ੍ਰਗਟ ਹੋ ਗਈ। ਤਾਈ ਨੂੰ ਮੁਰਕੀਆਂ ਮੋੜਦਿਆਂ ਮੈਂ ਮਾਂ ਵਾਲੀ ਪੂਰੀ ਗੱਲ ਸੁਣਾਈ ਤਾਂ ਵਿਲਕ ਉੱਠੀ। ਕਹਿਣ ਲੱਗੀ, ਪੁੱਤਰਾ, ਜਿਸ ਦਿਨ ਉਹਦਾ ਭਰਾ ਲੈਣ ਆਇਆ ਉਹ ਤੈਨੂੰ ਦੇਖਣ ਲਈ ਵਿਲਕਦੀ ਪਈ ਸੀ। ਤੇਰਾ ਤਾਇਆ ਆਖਣ ਲੱਗਾ, ਇਸਰੀਏ ਜੇ ਪੁੱਤ ਦਾ ਮੂੰਹ ਵੇਖਣਾ ਏ ਤਾਂ ਆਹ ਮੁਰਕੀਆਂ ਕੰਨਾਂ ਵਿੱਚੋਂ ਲਾਹ ਕੇ ਮੈਨੂੰ ਫੜਾ ਦੇ। ਉਸ ਪਾਪੀ ਨੇ ਇਹਦੇ ਕੰਨਾਂ ਵਿੱਚੋਂ ਮੁਰਕੀਆਂ ਧੂ ਲਈਆਂ ਸਨ। ਉਹ ਵੀ ਮਰਨ ਤੱਕ ਪਛਤਾਉਂਦਾ ਰਿਹਾ, ਤੁਰਨ ਲੱਗਾ ਮੈਨੂੰ ਮੁਰਕੀਆਂ ਮੋੜਨ ਅਤੇ ਮਾਫ਼ੀ ਮੰਗਣ ਦੀ ਤਾਕੀਦ ਕਰਕੇ ਗਿਆ ਸੀ। ਆਪਣੀ ਅਮਾਨਤ ਰੱਖ ਲੈਂਦੀ ਤਾਂ ਚਲੋ ਸਾਡੇ ਵੀ ਥੋੜ੍ਹੇ ਜਿਹੇ ਗੁਨਾਹ ਬਖਸ਼ੇ ਜਾਂਦੇ, ਲੱਗਦਾ ਇਸਤਰੀ ਨੇ ਮੈਨੂੰ ਵੀ ਚੈਨ ਨਾਲ ਮਰਨ ਨਹੀਂ ਹੋ ਦੇਣਾ। ਇਹਨਾਂ ਆਖ ਤਾਈ ਤਾਹਾਂ ਮਰਨ ਲੱਗ ਪਈ ਸੀ। ਲਓ ਜੀ, ਇੰਨੀ ਕੁ ਆ ਮੇਰੀ ਮਾਂ ਦੀ ਕਹਾਣੀ। ਹਰਨਾਮ ਦਾ ਬਾਪੂ ਚੁੱਪ ਹੋ ਗਿਆ। ਮੈਂ ਪੈਰੀ ਹੱਥ ਲਗਾ ਕੇ ਉੱਠ ਤੁਰਿਆ। ਹਰਨਾਮ ਮੈਨੂੰ ਗਲੀ ਦੇ ਮੋੜ ਤੱਕ ਤੋਰਨ ਆਇਆ। ਅਸੀਂ ਰਾਹ 'ਚ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਤੁਹਾਡੇ ਬਾਪੂ ਦਾ ਵੀ ਬਹੁਤ ਜੀਰਾ, ਐਡੀ ਦਰਦ ਭਰੀ ਕਹਾਣੀ ਪਰ ਅੱਖ ਵਿੱਚ ਕੋਈ ਅੱਥਰੂ ਹੀ ਨਹੀਂ ਆਇਆ। ਮੈਂ ਆਖਿਆ, ਭਾਈ ਸਾਹਿਬ ਹੁਣ ਪਾਣੀ ਬੜੇ ਡੂੰਘੇ ਹੋ ਗਏ ਨੇ। ਇਹ ਆਖ ਹਰਨਾਮ ਖਿੜਖਿੜਾ ਕੇ ਹੱਸ ਪਿਆ ਸੀ। ਮੇਰੇ ਕੋਲ ਉਹਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਸੋ ਇਹ ਸੀ 1947 ਦੀ ਵੰਡ ਦਾ ਸੰਤਾਪ ਹੰਡਾਉਂਦੀ ਇਸਤਰੀ ਦੀ ਕਹਾਣੀ। ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਬਾਕਸ ਵਿੱਚ ਵਿਚਾਰ ਆਪਣੇ ਜ਼ਰੂਰ ਲਿਖ ਕੇ ਦੱਸਿਓ। ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਚੰਗੀ ਲੱਗੀ ਤਾਂ। ਬਾਕੀ ਦੀਆਂ ਕਹਾਣੀਆਂ ਵੀ ਚੈਨਲ ਪਰ ਜਾ ਕੇ ਜ਼ਰੂਰ ਸੁਣਦੇ ਰਹੋ। ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ। ਇਹ ਕਹਾਣੀ ਸੁਣਨ ਲਈ, ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ।